ਬੰਦਾ ਝੂਠ ਬੋਲ ਕੇ ਗਏ ਆ ਕੇ ਕਹਿੰਦੇ ਜੀ ਅਸੀਂ ਘੱਗਰ ਦਾ ਜਿਹੜਾ ਕੰਮ ਕਰਵਾਇਆ ਸੀ। ਬੱਚੇ ਬੱਚੇ ਨੂੰ ਪਤਾ ਵੀ ਅਕਾਲੀ ਸਰਕਾਰ ਆ ਕੇ ਲੋਕਾਂ ਨੂੰ ਪੂਰਾ ਝੂਠ ਬੋਲਣਾ ਕਿ ਸਾਡੀ ਸਰਕਾਰ 'ਚ ਘੱਗਰ ਦਾ ਕੰਮ ਹੋਇਆ। ਇਹ ਵੀ ਦੇਖੋ ਬੜੀ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਦੋਨੇ ਜਿਹੜਾ ਹੈ ਲੋਕਾਂ ਦੇ ਵਿੱਚ ਖੜ੍ਹ ਕੇ ਟੱਪਦਾ ਝੂਠ ਬੋਲਣ। ਇਹ ਚੀਜ਼ਾਂ ਭਾਵੇਂ ਸਾਨੂੰ ਬਣਦਾ ਨਹੀਂ ਵੀ ਅੱਜ ਸਾਡੀ ਇਹੀ ਜ਼ਿੰਦਗੀ ਹੈ ਵੀ ਸਾਰੇ ਰਲ ਕੇ ਜੋ ਵੀ ਅਸੀਂ ਕਰ ਸਕਦੇ ਹਾਂ ਸੰਗਤ ਵਾਸਤੇ, ਲੋਕਾਂ ਵਾਸਤੇ, ਕਿਸਾਨਾਂ ਵਾਸਤੇ ਉਹ ਕਰੀਏ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।